पोस्टर लगाउनु लैके बैस ग्रुप अते कड़वल ग्रुप होए आमनो सामने होई चड़प। लुधियाना दे अति संवेदनशील कहे जान वाले हलका आत्मनगर विच पिड़े बैस अते कड़वल समर्थक हलके चो लग रहे पोस्टरां नूं लै के विवाद हो गया। दस्या जा रहा है कि दोनों ही समर्थकां विच इट्टा पत्थर भी चले ने। उधर मौके ते विधायक सिमरजीत सिंह बैस अते कांग्रेस दे नेता कमलजीत सिंह कड़वल पहुंचे, जिथे उन्हां एक दूसरे ते पोस्टर लगाउण नूं लै के इल्जाम लगाए। सो अज जिहड़ी बदमाशी कीती आ एमएलए दे परिवार ने, जिथे पम्मा बैंस इत्थे खड़ के अज बदमाशी करके गया, असीं उहनूं दसणा चाहुंदे आ असीं इस राह तुरना नहीं चाहुंदे। पर जे ये सोचूगा भी जिवें पिछले समय दे विच डरा धमका के अफसरां नूं डरा के बदमाशी नाल इलैक्शन जित लैणगे, मैं इहनूं कहिणा काका इह भुल जा, जे पीसफुली तरीके नाल इलैक्शन लड़नी आ तां लड़ लो, जे तुसीं ना हटे तां जिहड़ा इस एरिए दे विच वड्डा घसमान पऊगा। मैं तुहानूं बेनती करदा ਵੀ ਆਪਣੀਆਂ ਆਪਤਾਂ ਤੋਂ ਬਾਜ ਆ ਜਾਓ, ਨਹੀਂ ਤਾਂ ਜਿਹੜਾ ਇਹ ਨੁਕਸਾਨ ਹੋਊਗਾ ਉਹਨਾਂ ਦਾ। ਪੋਸਟਰਾਂ ਦੀ ਲੜਾਈ ਦੇ ਵਿੱਚ ਹੀ ਇਹ ਹਮੇਸ਼ਾ ਵਿਸ਼ਵਾਸ ਜਿਤਨਾ ਵਿਸ਼ਵਾਸ ਕਰਦੇ ਆ, ਕਦੇ ਪਾਟੇ ਹੋਏ ਕੱਪੜਿਆਂ ਦੇ ਬੋਰਡ। ਹੁਣ ਆਹ ਦੇਖੋ, ਅਸੀਂ ਬੋਰਡ ਨਹੀਂ ਇੱਥੇ ਲਾਇਆ, ਚੋਣ ਕਮਿਸ਼ਨ ਨੇ ਇਹਨਾਂ ਦਾ ਬੋਰਡ ਲਾਇਆ, ਬਿਨਾਂ ਪਰਮਿਸ਼ਨ ਨਾਲ ਬਦਮਾਸ਼ੀ ਨਾਲ ਬੋਰਡ ਲਾ ਕੇ ਗਏ। ਪਰਿਵਾਰ ਦੀ ਪਰਮਿਸ਼ਨ ਸਾਡੇ ਕੋਲ ਆ, ਤਾਂ ਫਿਰ ਸਾਡਾ ਕੀ ਕਸੂਰ ਆ? ਕਿਉਂ ਬਦਮਾਸ਼ੀ ਕਰਦੇ ਨੇ ਆ ਕੇ? ਕੀ ਜ਼ਰੂਰਤ ਪੈ ਗਈ ਸੀ ਇੱਥੇ ਆ ਕੇ ਜਿਹੜੀ ਇਹਨਾਂ ਨੇ ਬਦਮਾਸ਼ੀ ਕੀਤੀ? ਸੋ ਇਹ ਲੋਕ ਸਮਝਦੇ ਆ ਵੀ ਇਹ ਦਬਾਵਾਂਗੇ, ਬਿਲਕੁਲ ਨਹੀਂ। ਲੋਕਾਂ ਨੂੰ ਵੀ ਬੇਨਤੀ ਕਰਦਾ, ਘਬਰਾਇਓ ਨਾ, ਇਹਨਾਂ ਦੀ ਬਦਮਾਸ਼ੀ ਬਦਮੂਸ਼ੀ ਤੁੰਨ ਕੇ ਰੱਖ ਦਾਂਗੇ ਇਹਨਾਂ ਨੂੰ। ਕਿੱਥੇ ਤੱਕ ਉਹਨਾਂ ਨੇ ਅੱਜ ਹੱਥਪਾਰ ਕੀਤੀ? ਸੋ ਅੱਜ ਜਿਹੜੀਆਂ ਉਹਨਾਂ ਨੇ ਬੱਚਿਆਂ ਨੂੰ ਹੱਥ ਪਾਇਆ, ਇੱਥੇ ਜਿਹੜੇ ਬੱਚੇ ਖੜ੍ਹੇ ਸੀਗੇ ਕੰਮ ਕਰ ਰਹੇ ਸੀਗੇ, ਕੋਈ ਜਿਹੜੇ ਬੋਰਡ ਲਾਉਣ ਵਾਲੇ ਮੁੰਡਿਆਂ 'ਤੇ ਹੱਥ ਪਾਇਆ। ਸੋ ਇਹ ਚੀਜ਼ਾਂ ਕੋਈ ਯਾਰ ਕੋਈ ਤੁਹਾਡਾ ਲੈਵਲ ਆ, ਤੁਸੀਂ ਜੋ ਕੁਛ ਕਰ ਰਹੇ ਹੋ ਇਹ ਚੀਜ਼ਾਂ ਚੰਗੀਆਂ ਨਹੀਂ। ਪੁਲਿਸ ਨੂੰ ਕੱਢੀ ਆ, ਜੋ ਹੁਣ ਮੈਰਿਟ ਕਾਰਵਾਈ ਬਣਦੀ ਹੋਈ ਪੁਲਿਸ ਨੂੰ ਕਹਾਂਗੇ, ਉੱਤੇ ਕਾਰਵਾਈ ਕੀਤੀ ਜਾਵੇ। ਇਹ ਪੋਸਟਰ ਲਗਾਉਣ ਦੇ ਉੱਤੇ ਇਹਨਾਂ ਦਾ ਵਿਵਾਦ ਹੋਇਆ ਹੈ। ਇੱਕ ਕਰਵਲ ਦਾ ਗਰੁੱਪ ਹੈਗਾ ਔਰ ਇੱਕ ਬੈਂਸ ਦਾ ਗਰੁੱਪ ਹੈਗਾ। ਇਹਦੇ ਵਿੱਚ ਇਹਨਾਂ ਦੇ ਪਹਿਲਾਂ ਆਪਸ 'ਚ ਬੰਦੇ ਲੜ ਪਏ, ਫਿਰ ਉਸ ਤੋਂ ਬਾਅਦ ਪਤਾ ਲੱਗਿਆ ਕਿ ਵੀ ਇਹ ਵੀ ਨਾਲ ਲੜ ਪਏ ਹੈਗੇ ਨੇ। ਸੋ ਜਿੱਦਾਂ ਦੀ ਹੁਣ ਸਾਡੇ ਕੋਲ ਕੰਪਲੇਂਟ ਆਏਗੀ ਉਸ ਦੇ ਮੁਤਾਬਕ ਹੀ ਅਸੀਂ ਕਾਰਵਾਈ ਕਰਾਂਗੇ। ਅਕਸਰ ਦੇਖਿਆ ਜਾਂਦਾ ਇਹ ਹੌਟ ਸੀਟ ਹੈਗਾ ਔਰ ਇਹਨੂੰ ਲੈ ਕੇ ਹਮੇਸ਼ਾ ਇਹ ਏਰੀਆ ਵਿਵਾਦਾਂ 'ਚ ਰਹਿੰਦਾ, ਔਰ ਇਸ ਵਾਰੀ ਫਿਰ ਇੱਕ ਵਾਰੀ ਪੋਸਟਰ ਵਿਵਾਦ ਦੇਖਣ ਨੂੰ ਮਿਲਿਆ? ਹੁਣ ਨਹੀਂ ਹੋਏਗਾ, ਹੁਣ ਇਸ ਦੇ ਉੱਤੇ ਬਿਲਕੁਲ ਨਕੇਲ ਪਾ ਦਿੱਤੀ ਜਾਏਗੀ ਔਰ ਇਦਾਂ ਦੀ ਹਰਕਤ ਜਿਹੜੀ ਹੈਗੀ ਉਹਨੂੰ ਅਸੀਂ ਪ੍ਰੀਵੈਂਟ ਕਰਾਂਗੇ ਹੁਣ। ਲੁਧਿਆਣਾ ਤੋਂ ਕੈਮਰਾਮੈਨ ਗਗਨ ਦੇ ਨਾਲ ਰਾਜੇਸ਼ ਮਹਿਰਾ ਦੀ ਰਿਪੋਰਟ, ਸਿਟੀ ਹੋਮ ਨਿਊਜ਼।